जी सत श्री अकाल सारिआं नूं, की हाल आ, कायम आ जी। से तां अज लै आए जी तुहाडे वास्ते नवीं चीज़, तां इह वी बहुत ज़्यादा कम दिंदी आ। बाहर अंदर जांदा हर इक बंदा तुरे ही फिरदा रहिंदा, ठीक है, कोई ना कोई प्रॉब्लम आउंदी है। इह लै के आए सिमू। सिमू किन्ने दा लैंदा सी इह? आपां पहलां तां इहदा रेट इहदा 900 रुपये दी चीज़ आई आ बई। तो हुण इहदी सारी नूं चलदी वी दिखाउणे आपां, वीडियो छोटी बनावांगे। तो इहदा आह नां दा पता नहीं, आह सीगा उत्ते, तुसीं नां वी देख सकदे आ। इह गड्डी 'च हवा भरन वाली आ। तो हुण इह जाणा सीगा मंडी, तो इन्हें जाके डॉक्टर ने दवाई दवई लियानी सी, जाके अज आलमने मम्मी ने एनक लवानी सी, तोते की गुड़िया दवाई दवानी सी, जाने की काम अज कबीलदारी दे सीगे सारे। तो लै आलम फट पुत, तो वधिया दिसी जांदा आ। देखो जी आ कट ली आप, आगा अपना सैटम जगाड़ भी। अगे पंप रखते सी आप, जे कोई गड्डी दे विच हवा भी घटदी आपां पंप लियांदे भी लियाओ जी पंप लियाओ, मंग के आपां हवा भरदे, औखे हुंदे उह करदे। हुण इहनूं ला लिया आपां जमा गड्डी दे कोल। आ देखो जी ला लिया ना बस। हुण इह आपां गड्डी दे कोल सैट करता। आ जा लां मैं इधर, आपां हुण इधरले पासे तुहानूं इधरों दिखाउणे आ। पहलां चलाउणे आ इह सीगा तां प्लग गड्डी दे चारे टायरां 'च हवा। आ चार्जर वाला थां आपां कढ़ता, आ चार्जर कढ़ता आपां। ऐ करी दिंदा पुत जो नेर आप प्रोसैसिंग बनाई दी होंगी, नेरे च वध हुंदी। तो आप कढ़ता चार्ज वाला थां, तो हुण चार्जिंग वाले थां दे विच ये आ लो जी ये लाता। तो नाल हुण आप ला दईए गड्डी दी स्विच, ते चाबी रख दी गड्डी दी इत्थे, क्योंकि इत्थों बनाने उह नहीं लाउणा, स्विच नहीं लगदी। लो जी ठीक है, आ चल पिया जी, आ करता किरापा ऑफ, ठीक है। ਆਹ ਦੇਖ ਸਕਦੇ ਮਾੜਾ ਖੜਾ ਹੋ ਕੇ ਬਣਾ ਲਮ, ਜਿਹੜੀ ਸਾਰੀ ਚੀਜ਼ ਇੱਥੇ ਆਵੇ, ਪਤਾ ਬਾਲਾ ਵੀ ਨਾ, ਬਸ ਇੱਥੋਂ ਲਾਉਂਦੇ ਤੇ ਐਂ ਸਾਰੀ ਦਿਖ ਜੇ, ਹੈ ਨਾ। ਆਹਦੇ ਹੁਣ ਆਪਣੀ ਇੱਥੇ ਹਵਾ ਵੀ ਇਹ ਦਿਖਾਊਗਾ ਵੀ ਆਪਣੀ ਕਿੰਨੀ ਹੋ ਗਈ, ਹੈ ਨਾ। ਤਾਂ ਹੁਣ ਆਪਾਂ ਥੋੜ੍ਹੀ ਜਿਹੀ ਤਾਂ ਕੱਸ ਲਈਏ ਪਹਿਲਾਂ, ਫਿਰ ਹਵਾ ਨਿਕਲਣ ਤੋਂ ਪਹਿਲਾਂ ਆਪਾਂ ਜਦੋਂ ਇਹਨੂੰ ਟਾਈਟ ਹੋਣੀ ਉਦੋਂ ਬਾਅਦ ਛੱਡ ਦਾਂਗੇ ਨਾਲ ਹੀ ਇਹ। ਲਓ ਜੀ ਆਹ ਲਓ ਬਾਈ, ਅਤੇ ਆਪਾਂ ਲਾਤੀ, ਅਤੇ ਹੁਣ ਤੁਸੀਂ ਦੇਖੋ ਵੀ ਹਵਾ ਜਮ੍ਹਾਂ ਹੀ ਡੈੱਡ ਹੋ ਗਈ ਸੀ। ਇਹ ਆਹ ਦੇਖ ਸਕਦੇ ਹਾਂ ਹੁਣ ਹਵਾ ਕਿੰਨੀ ਰਹੇਗੀ, ਇੰਨੀ ਆ। ਤਾਂ ਹੁਣ ਤੁਸੀਂ ਨਿਗਾਹ ਰੱਖਿਓ ਲੈ, ਇਹਦਾ ਲਾਉਣੀ ਬੜਾ ਆਸਾਨ ਆ ਯਾਰ, 900 ਰੁਪਏ ਦੀ ਚੀਜ਼ ਹੈ, ਕੋਈ ਵਾਲੀ ਵਧੀਆ ਵੱਡੀ ਆਹ ਵਾਲੀ ਮਹਿੰਗੀ ਚੀਜ਼ ਨਹੀਂ, ਅਤੇ ਕਿੰਨਾ ਸੌਖਾ ਬਾਈ। ਆਹ ਲਾਤੀ ਦੇਖ ਲਾ ਤਾਰ ਹੈ, ਹੁਣ ਆਪਾਂ ਮੂਹਰਲੇ ਟਾਇਰ 'ਚ ਲਾ ਸਕਦੇ ਹਾਂ, ਪਰਲੇ ਪਾਸੇ ਦੀ ਰੱਖ ਕੇ ਪਰਲੇ ਪਾਸੇ ਦੀ ਲਾ ਸਕਦੇ ਹਾਂ। ਕਿਤੇ ਵੀ ਗਏ ਵੇ ਆ ਕੋਈ ਪੈਂਚਰ ਵਾਲਾ ਵੀ ਨਹੀਂ ਮਿਲਦਾ, ਕੋਈ ਪੰਪ ਹੈ ਨਹੀਂ ਗੱਡੀ 'ਚ, ਇਹ ਗੱਡੀ ਦੇ ਵਿੱਚ ਹੋਵੇ। ਇਹ ਲਿਆ ਕੇ ਬਹੁਤ ਟਾਈਮ ਦੀ ਸਿੰਮੂ ਦੀ ਲਿਆ ਕੇ ਰੱਖੀ ਵੀ, ਅਤੇ ਨਾ ਹੀ ਅਸੀਂ ਕਿਤੇ ਚਲਾ ਕੇ ਦੇਖੇ ਜੀ, ਹਕੀਕਤ ਇਹੀ ਹੈ। ਇਹ ਇੱਥੇ ਆ ਕੇ ਆਹ ਟਾਇਰ ਹੁਣ ਬਦਲਾਉਣਾ ਸੀਗਾ, ਅਤੇ ਟਾਇਰ ਟੂਰ, ਅਤੇ ਇਹਦਾ ਕਰਕੇ ਇਹਦਾ ਹਵਾ ਹਵਾ ਕਿਤੇ ਨਿਕਲ ਗਈ। ਹੁਣ ਜਦੋਂ ਹਵਾ ਨਿਕਲ ਗਈ ਅਤੇ ਹੁਣ ਆਪਾਂ ਜਾ ਕੇ ਫਿਰ ਜਦੋਂ ਚਲਾਈ ਤਾਂ ਦੇਖ ਸਕਦੇ ਹਾਂ, ਪਹਿਲਾਂ ਹਵਾ ਕਿੱਥੇ ਸੀਗੀ ਹੁਣ ਕਿੱਥੇ ਹੋ ਗਈ। ਤਾਂ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਕਮੈਂਟ ਵੀ ਕਰਿਓ, ਵੱਧ ਤੋਂ ਵੱਧ ਸ਼ੇਅਰ ਵੀ ਕਰਿਓ, ਵੀਡੀਓ ਡਾਊਨਲੋਡ ਕਰਕੇ ਰੱਖ ਲਓ। ਜਦੋਂ ਕਿਤੇ ਸ਼ਹਿਰ 'ਤੇ ਗਏ ਤਾਂ ਹੋਰ ਵੀ ਕੰਪਨੀਆਂ ਦੇ ਮਿਲਦੇ ਰਹਿੰਦੇ, ਅੱਜ ਤਾਂ ਪਤਾ ਨਹੀਂ ਵੀ ਕੰਪਨੀ ਕਿਹੜੀ ਹੈ, ਜਾਣੀ ਕਿ ਵੀ ਆਮ ਹੀ ਦੁਕਾਨ ਤੋਂ ਲਿੱਤਾ ਸੀ ਵੀ ਗੱਡੀ 'ਚ ਹਵਾ ਭਰਨ ਵਾਲਾ ਯਾਰ ਵੀ ਕਰੰਟ ਵਾਲਾ। ਕਹਿੰਦੇ ਪੂਰੀ ਫੁੱਲ ਸਪੀਡ ਆ, ਚਲੋ ਹੁਣ 10 ਹੋਈ ਹੈ ਇਹਦੀ ਹਵਾ, ਕਹਿੰਦੇ 0 ਤੋਂ 10 ਆ, ਇੱਥੇ 20, ਇੱਥੇ 30 'ਤੇ ਹਰਾ ਨਿਸ਼ਾਨ ਦਿੱਤਾ ਵੈ, 30 ਤੋਂ ਇੱਥੇ 32 ਅਤੇ 35 ਦੇ ਵਿਚਾਲੇ ਹਵਾ ਰਹਿੰਦੀ ਹੈ ਵੀ, ਸਾਰੇ ਇਕੱਲੇ ਇਕੱਲੇ ਦੇ ਨਿਸ਼ਾਨ ਵੀ ਦਿੱਤੇ ਵੇ ਆ, ਤਾਂ ਦੇਖ ਸਕਦੇ ਹਾਂ ਤੁਸੀਂ। ਰੌਣੀ ਰੂਣੀ ਕੀਤੀ ਵੀ ਆ, ਹੁਣ ਤਾਂ ਮਾਹੌਲ ਪ੍ਰੇਮ ਸਿੰਘ ਕੌਡੀ ਗਲੋਬ ਪੋਡਰ ਵਾਲੇ ਪਹੁੰਚੇ ਵੀ ਸੀਗੇ ਅੱਜ, ਤਾਂ ਕਿਉਂਕਿ ਦੁਪਹਿਰਾਂ ਤੋਂ ਪੂਰਾ ਹੁਣ ਫਾਰਮ 'ਤੇ ਜਾਂਦੇ ਹੋਏ ਭਰਾ ਨਾਲੇ ਕੱਟ ਜਾਂਦੇ ਆ, ਅਤੇ ਨਾਲੇ ਸਮਾਨ ਸੱਪਾ ਜੇ ਕੋਈ ਘੱਟ ਵਾਧ ਹੁੰਦੀ ਹੈ ਕੋਈ ਚੀਜ਼ ਦੀ ਤਾਂ ਫੜਾ ਦਿੰਦੇ ਆ। ਤਾਂ ਚਲੋ ਜੀ ਦੇਖੋ ਹੁਣ ਇਹ 10 ਤੋਂ ਉੱਪਰ ਜਾ ਵੜੀ ਆ, ਬੈਟਰੀ ਨਹੀਂ ਮੁੱਕਦੀ ਪੁੱਤ, ਬੈਟਰੀ ਨਹੀਂ ਖਾਂਦੀ ਇਹ, ਜਿੰਨਾ ਮਰਜ਼ੀ ਟਾਈਮ ਲਾਈ ਰੱਖੋ, ਇਹਦੇ 'ਚ ਛੋਟਾ ਜਿਹਾ ਕਪੁਰ ਜਿਹਾ ਡਿੱਕ ਜਿੰਨੀ ਬਿਜਲੀ, ਲਾਈਟ ਵੀ ਨਹੀਂ ਖਾਂਦਾ ਇਹ। ਭਾਵਾਂ ਦੀ ਆਪਾਂ ਬੈਟਰੀ 'ਤੇ ਲਾ ਕੇ ਅਤੇ 10 ਘੰਟੇ ਹਵਾ ਭਰੀ ਚੱਲ ਗਏ, ਪਰ ਬੈਟਰੀ ਐਂ ਨਹੀਂ ਡਾਊਨ ਹੁੰਦੀ, ਤਾਂ ਕਿਉਂਕਿ ਇਹਦੇ ਵਿੱਚ ਬਹੁਤ ਸਿਸਟਮ ਛੋਟਾ ਹੈਗਾ ਆਲਮਦੀਪ ਜਿਹੜਾ ਲੱਗਿਆ ਵਾ, ਵੀ ਇਕੱਲੀ ਐਡੀ ਛੋਟੀ ਜਿਹੀ ਮੋਟਰ ਹੀ ਆ ਯਾਰ, ਬਸ ਉਹ ਮੋਟਰ ਹੀ ਇੰਨੀ ਤੇਜ਼ੀ ਨਾਲ ਹਵਾ ਬਣਾਉਂਦੀ ਆ, ਤਾਂ ਟਾਇਰ ਉੱਠ ਖੜਿਆ ਤੁਸੀਂ ਦੇਖ ਸਕਦੇ ਹੋ ਜੀ। ਇਹ ਰਿਜਨਲ ਨਾਲ ਦੇ ਟਾਇਰ ਆ, ਮੂਹਰੇ ਟਾਇਰ ਇੱਕ ਪਾਟ ਗਿਆ, ਜਦੋਂ ਮੂਹਰੇ ਟਾਇਰ ਪਾਟ ਗਿਆ ਆਪਣੇ ਮੇਲੇ 'ਤੇ, ਅਤੇ ਮੈਨੂੰ ਪਤਾ ਸੀਗਾ ਜਦੋਂ ਪਾਟਾ ਵਾ ਟਾਇਰ ਆ ਵੀ ਬਦਲਾਉਣਾ ਤਾਂ ਪਊਗਾ, ਫਿਰ ਮੈਂ ਉਦੋਂ ਨਾ ਹਜੇ ਘੱਸੇ ਨਹੀਂ ਸੀ, ਆਹ ਲੈਣਾ ਲੁਣਾ ਸੀਗੀਆਂ, ਮੈਂ ਮੂਹਰਲੇ ਦੋਨੇ ਟਾਇਰ ਨਵੇਂ ਪਵਾਤੇ, ਕਿਉਂਕਿ ਖਿਸਾਈ ਮੂਹਰਲਿਆਂ 'ਤੇ ਹੁੰਦੀ ਆ, ਅਤੇ ਹੁਣ ਮਗਰਲੇ ਘੋਨੇ ਹੋਏ ਵੇ ਆ, ਅਤੇ ਹੁਣ ਮਗਰਲੇ ਦੋਨੇ ਪਵਾ ਦਾਂਗੇ।
ਹੁਣ ਜਿਹੜੇ ਨਵੇਂ ਪਾਵਾਂਗੇ ਮੂਹਰਲੇ ਦਾ ਮਗਰ ਕਰਾ ਦਾਂਗੇ ਅਤੇ ਨਵੇਂ ਟਾਇਰ ਮੂਹਰੇ ਕਰਵਾ ਦਾਂਗੇ ਕਿਉਂਕਿ ਦਿਸਾਈ ਬਰਾਬਰੀ ਹੋ ਜੂਗੀ ਅਤੇ ਹੁਣ ਮੰਨ ਲਓ 65,000 ਕਿਲੋਮੀਟਰ ਚੱਲ ਗਈ ਗੱਡੀ ਰੀਜਨਲ ਟਾਇਰਾਂ ਨਾਲ 65,000 ਕਿਲੋਮੀਟਰ 'ਤੇ ਜਾ ਕੇ ਆਹ ਟਾਇਰ ਹੁਣ ਜਾ ਕੇ ਘੱਸ ਗਏ ਮਤਲਬ ਜਮ੍ਹਾਂ ਬਦਲਣ ਯੋਗ ਹੈ ਹੁਣ ਅਸਲੀ ਉਹ ਮੈਂ ਪਹਿਲਾਂ ਪਾਟਣ ਦੇ ਕਾਰਨ ਹੀ ਬਣਾਤੇ ਸੀ ਉਦੋਂ ਮੇਲੇ 'ਤੇ ਤੇਜ਼ ਗੱਡੀ ਬਹੁਤ ਜਾਂਦੀ ਉਖਲੀ ਉਖਲੀ 'ਚ ਵੱਜ ਕੇ ਅਤੇ ਟਾਇਰ ਚੱਲ ਗਿਆ ਉਹ ਦੇਖ ਸਕਦੇ ਹਾਂ ਜੀ ਤਾਂ 20 'ਤੇ ਪਹੁੰਚ ਗਈ ਯਾਨੀ ਕਿ ਜਮ੍ਹਾਂ 0 ਤੋਂ ਚੱਕੀ ਅੱਜ ਹਵਾ ਦੇਖੋ ਬਸ ਇੰਨਾ ਕੁ ਡੱਬਾ ਜੀ ਉਹਦੇ ਅੰਦਰੋਂ ਪੈਪ ਜੀ ਨਿਕਲਦੀ ਅਤੇ ਉਹ ਉਹਦੇ ਇੱਥੇ ਮੋਟਰ ਹੈ ਦੀ ਨਿਕਲੀ ਜੀ ਬਸ ਜੇ ਤੁਸੀਂ ਫਿਰ ਖੋਲ੍ਹ ਕੇ ਵੀ ਚੈੱਕ ਕਰੋ ਇਹਦੇ ਵਿੱਚ ਤਾਰ ਇਕੱਠੀ ਹੋ ਕੇ ਪੈ ਜਾਂਦੀ ਜਿਹੜੀ ਪੈਪ ਆ ਉੱਤੋਂ ਦੀ ਐਂ ਕੁੱਕ ਜਾਂਦੀ ਹੈ ਅਤੇ ਪਾ ਕੇ ਉਹ ਮੇਕਰੀ ਡੱਬੇ 'ਚ ਬੰਦ ਕਰੋ ਅਤੇ ਡਿੱਗੀ ਦੇ ਵਿੱਚ ਰੱਖੋ ਯਾਨੀ ਕਿ ਜ਼ੋਰ ਜਿਹੇ ਵਾਲਾ ਕੰਮ ਨਹੀਂ ਵੀ ਲਾ ਕੇ 2-3 ਮਿੰਟ ਤਾਂ ਲੱਗ ਹੀ ਜਾਂਦੇ ਆ ਤਾਂ ਬਸ ਇਹ ਗੱਲ ਹੈ ਤੁਸੀਂ ਟਾਈਮ ਦੇਖ ਲਓ ਵੀ ਆਪਣਾ ਵੀਡੀਓ ਬਣਾਉਂਦੇ ਨੂੰ ਵੀ ਕਿੰਨਾ ਟਾਈਮ ਲੱਗਿਆ ਜਮ੍ਹਾਂ 0 ਤੋਂ ਚੱਕੀ ਹੈ ਇਹ ਲਓ ਜੀ ਇੱਕ ਚੀਜ਼ ਹੋਰ ਵੀ ਨੋਟ ਕਰੋ ਅਸੀਂ ਗੱਡੀ ਸਟਾਰਟ ਕਰਤੀ ਗੱਡੀ ਸਟਾਰਟ ਨਾਲ ਇਹਨੇ ਸਪੀਡ ਬਹੁਤ ਤੇਜ਼ੀ ਨਾਲ ਫੜ ਲਈ ਤਾਂ ਯਾਨੀ ਕਿ ਵੀ ਉਦੋਂ ਵੀ ਤੇਜ਼ੀ ਨਾਲ ਇਹਦੀ ਹਵਾ ਜਾਣ ਲੱਗ ਗਈ ਵੱਧ ਕਰੰਟ ਮਿਲਣ ਲੱਗ ਗਿਆ ਯਾਨੀ ਕਿ ਇਹਨੂੰ ਅਤੇ ਮੇਰੇ ਹਿਸਾਬ ਨਾਲ ਤਾਂ ਜੇ ਗੱਡੀ ਸਟਾਰਟ ਕਰਨੀ ਇਹਨੇ 3 ਕੁ ਮਿੰਟਾਂ 'ਚ ਭਰ ਦੂ ਅਤੇ ਹੁਣ 5-6 ਮਿੰਟ ਲੱਗ ਜਾਣਗੇ ਬਸ ਇਹਨੂੰ ਲਓ ਜੀ ਬਾਈ 30 ਹੋ ਗਈ ਹਵਾ ਅਤੇ ਹੁਣ ਆਪਾਂ ਕਰਦੇ ਇਹਨੂੰ ਬੰਦ ਬੰਦ ਪਹਿਲਾਂ ਆਪਾਂ ਖੋਲ੍ਹਾਂਗੇ ਇੱਧਰੋਂ ਕਿਉਂਕਿ ਇੱਧਰੋਂ ਫਿਰ ਨਾ ਉਹ ਬਾਲ 'ਤੇ ਲੱਗਿਆ ਵਿਆ ਹੁੰਦਾ ਫਿਰ ਹਵਾ ਨਿਕਲਦੀ ਕੋਈ ਹੁੰਦੀ ਆ ਦੇਖੋ ਬਾਕੀ ਊਂ ਵੀ ਹਵਾ ਇਹਦੀ ਇੰਨੀ ਆ ਆਹਦੇ ਹੋਰ ਖੁੱਲ੍ਹ ਗਿਆ ਦੇਖ ਚੱਕ ਲਈ ਕਰਦੇ ਬੰਦ ਬਾਈ ਲਓ ਜੀ 6 ਕੁ ਮਿੰਟਾਂ ਦੇ ਵਿੱਚ ਹਵਾ ਭਰੀ ਆ ਬਾਈ ਇਹਨੇ ਜਮ੍ਹਾਂ 0 ਤੋਂ ਲਾ ਕੇ ਮਤਲਬ 30 ਤੋਂ 32 ਪਾਉਂਡ ਕੀਤੀ ਹੈ ਇਹਨੇ 30 'ਤੇ ਲਾਉਣ ਲੱਗ ਗਏ 30 ਮੰਨ ਲਓ ਵੀ 30-32 ਪਾਉਂਡ ਹੋ ਗਈ ਤਾਂ 0 ਦੇ ਉੱਤੇ ਮਤਲਬ ਜਮ੍ਹਾਂ ਕੀਤੀ ਆ ਇੱਥੋਂ ਜਿਵੇਂ ਹੁਣ ਆਲਮ ਨੇ ਆ ਦੇਖੋ ਆਪਾਂ ਤਾਂ ਪਲੱਗ ਤਾਰੇ ਦੀ ਇਕੱਠੀ ਕਰਕੇ ਜਿਹੜਾ ਸਾਂਭਤਾ ਜਾਣੀ ਕਿ ਇਹਨੂੰ ਬਾਅਦ ਦੇ ਵਿੱਚ ਪਾ ਖੜ ਜਾਓ ਇੱਕ ਮਿੰਟ ਇਹਨੂੰ ਨਾ ਬਾਅਦ ਦੇ ਵਿੱਚ ਪਾਵੇ ਉੱਤੋਂ ਦੀ ਨਾ ਫਿਰ ਤਾਰ ਟਾਈਟ ਕਰਨ ਲੈ ਹੁਣ ਇਹਨੂੰ ਤਾਰ ਨੂੰ ਬਲੇਡ ਖੜ ਜਾਓ ਪਾਸੇ ਹੋ ਜਾ ਬਣੇ ਇਹ ਆਹ ਲਓ ਜੀ ਆਹ ਹੋ ਗਿਆ ਪੈਕ ਹੁਣ ਨਾ ਤਾਰ ਲੌਂਕੇ ਨਾ ਕੁਛ ਹੋਰ ਧਰ ਲਾ ਪਾਲਾ ਡੱਬੇ 'ਚ ਅਤੇ ਧਰ ਲਾ ਵੀ ਡਿੱਗੀ ਦੇ ਵਿੱਚ ਤਾਂ ਫਿਰ ਆਉਂਦੇ ਜਾਂਦਿਆਂ ਨੂੰ ਜੇ ਲੋਡ ਪਏਗੀ ਤਾਂ ਦੇਖ ਇੱਧਰੋਂ ਵੀ ਥੋੜ੍ਹੀ ਜਿਹੀ ਘੱਟ ਚੱਲ ਹੁਣ ਇੰਨੀ ਕਿਤਾਬ ਉਹ ਦਿਖਾ ਲਿਓ ਵੀ ਨਾਲ ਤਾਂ ਆਪਾਂ ਦੇਖ ਲਈ ਇਹ ਚੀਜ਼ ਮੇਰੇ ਹਿਸਾਬ ਨਾਲ ਹਰ ਇੱਕ ਦੀ ਗੱਡੀ 'ਚ ਬਾਈ ਹੋਣੀ ਚਾਹੀਦੀ ਹੈ ਕਿੱਥੇ ਪੰਪ ਕੋਈ ਨਹੀਂ ਮਿਲਦਾ ਕੋਈ ਸ਼ਹਿਰ 'ਚ ਜਾਣਾ ਕਿਤੇ ਹੋਰ ਜਾਣਾ ਗੱਡੀ ਦੇ ਵਿੱਚ ਪਲੱਗ ਦਾ ਹਰ ਇੱਕ ਦੇ ਚਾਰਜਰ ਵਾਲਾ ਪੈਂਟ ਤਾਂ ਹੁੰਦਾ ਨਾ ਗੱਡੀਆਂ 'ਚ ਚਾਰਜ ਵਾਲੇ ਪੈਂਟ 'ਚ ਲਾਓ ਲਾ ਕੇ ਬਾਈ ਬਸ 5-6 ਕੁ ਮਿੰਟਾਂ 'ਚ ਹਵਾ ਭਰ ਜਾਂਦੀ ਹੈ ਆਪਾਂ ਨੂੰ ਕਿਹੜਾ ਕਾਹਲੀ ਹੈ ਠੀਕ ਹੈ ਉੱਥੇ 2 ਮਿੰਟ ਬੰਦਾ ਗੱਲਾਂ ਕਰੀ ਜਾਂਦਾ ਤਾਂ ਹੋ ਜਾਂਦਾ ਤਾਂ ਠੀਕ ਆ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਵਧੀਆ ਲੱਗੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੁਹਾਡੇ ਵਾਸਤੇ ਕੋਈ ਨਵੀਂ ਆਈਟਮ ਜੇ ਖਰੀਦਿਆ ਕਰਾਂਗੇ ਤੁਹਾਨੂੰ ਦਿਖਾਉਂਦੇ ਰਿਹਾ ਕਰਾਂਗੇ